ਸਾਨੂੰ 2 ਘੰਟੇ 2.5 ਘੰਟੇ ਬਾਅਦ ਪਿੰਡ ਵਾਲੇ ਲੋਕਾਂ ਨੇ ਪਾਣੀ ਪਿਆ ਹੈ। ਅਤੇ ਇਸ ਵਰਦੀ ਗਰਮੀ 'ਚ ਸੁੱਕੀ ਜ਼ਮੀਨ 'ਚ ਜੇ ਇਸ ਪਾਣੀ ਦਾ ਮੁੱਲ ਹੈ ਤਾਂ ਅੱਜ ਸਮਝ ਆਉਂਦਾ। ਜਿਹੜੇ ਬੇਜਵਾਨ ਨੇ ਮੰਗ ਵੀ ਨਹੀਂ ਕਿਸੇ ਤੋਂ ਸਕਦਾ, ਉਹਦੇ ਵਾਸਤੇ ਪਾਣੀ ਦਾ ਸਰੋਤ ਬਿਲਕੁਲ ਸੁੱਕ ਗਿਆ। ਪਿੰਡਾਂ ਵਾਲੇ ਕਹਿੰਦੇ ਅਸੀਂ ਮਿਹਨਤ ਕਰ ਰਹੇ ਹਾਂ, ਸਾਨੂੰ ਵੀ ਰੋਕੀ ਜਾਂਦੇ। ਅਤੇ ਇਹ ਸੋਖਾ ਕਿਉਂ ਪੈ ਰਿਹਾ, ਇੱਥੇ ਵਿਚਾਰ ਦੇ ਜ਼ਰੂਰਤ ਹੈ। ਸੋਖਾ ਇਸ ਕਰਕੇ ਨਹੀਂ ਪੈ ਰਿਹਾ ਕਿ ਮੌਸਮ ਦੀ ਮਾਰ ਹੈ, ਇਸ ਕਰਕੇ ਪੈ ਰਿਹਾ ਕਿ ਜਦ ਪਿੱਛੋਂ ਬਰਸਾਤੀ ਪਾਣੀ ਆਉਂਦਾ ਹੈ ਉਹਦੇ ਜਿਹੜੀ ਮਿੱਟੀ ਜਾਂ ਜਿਹਨੂੰ ਗਾਦ ਕਹਿੰਦੇ, ਸਿਲਟ ਕਹਿੰਦੇ, ਉਹ ਆ ਜਾਂਦੀ ਹੈ, ਉਹ ਭਰ ਗਈ ਹੈ। ਪਿਛਲੇ 25-30 ਸਾਲ ਤੋਂ 1 ਵਾਰ ਵੀ ਗਾਦ ਨਹੀਂ ਕੱਢੀ। ਨਹੀਂ ਤਾਂ ਇਹਦਾ ਕੀ ਕਾਰਨ ਹੈ ਕਿ ਜਿਹੜਾ ਡੈਮ 50-60 ਫੁੱਟ ਡੂੰਘਾ ਸੀਗਾ, ਅੱਜ ਸਿਰਫ ਦੇਖੋ ਤਾਂ ਮੈਂ ਸਾਹਿਬ 10-15 ਫੁੱਟ ਵੀ ਨਹੀਂ ਰਹਿ ਗਿਆ ਜਿਸ ਨੂੰ ਡੈਮ ਵਾਲੇ ਪਾਸੇ। 650 ਜਾਨਵਰ ਜਿਹੜਾ ਹੈ ਡੈਥ, ਇਹ ਪਿੰਡ ਦੇ ਲੋਕਾਂ ਦੇ ਆਂਕੜਾ ਦਿੱਤਾ। ਹਾਲੇ ਜਿਹੜਾ ਇਹ ਡੈਮ ਦੇ ਅੰਦਰ ਮੱਛਲੀ ਠੀਕ ਹੈ ਜਾਂ ਹੋਰ ਪਾਣੀ ਵਾਲਾ ਜਾਨਵਰ ਸੀ ਜਾਂ ਜਿਹੜੇ ਹੋਰ ਸੀਜ਼ਨਲ ਬਰਡਸ ਆਉਂਦੇ ਸੀ, ਮੈਂ ਹਲੋ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਕਿਸੇ ਵੀ ਤੁਸੀਂ ਵਾਈਲਡ ਲਾਈਫ ਨੂੰ ਜਿਹੜੇ ਪੂਰੇ ਐਨੀਮਲਸ ਨੇਗੇ, ਜਾਨਵਰ ਨੇਗੇ, ਉਹਨਾਂ ਨੂੰ ਜੇ ਕਿਸੇ ਨੂੰ ਨੁਕਸਾਨ ਪਹੁੰਚਾ ਦਿਓ, ਤੁਹਾਡੇ 'ਤੇ ਇਹੋ ਜਿਹਾ ਠੋਕ ਕੇ ਪਰਚਾ ਹੁੰਦਾ ਵੀ ਤੁਹਾਡੀ ਜਾਨ ਛੁੱਟਣੀ ਔਖੀ ਹੋ ਜਾਂਦੀ ਹੈ। ਪੂਰੇ 650 ਜਾਨਵਰ ਮਰ ਗਿਆ, ਇਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਹੈ। ਅੱਜ ਇਰੀਗੇਸ਼ਨ ਡਿਪਾਰਟਮੈਂਟ ਨੇ ਉਹ ਸੇਵਾ ਹੀ ਬੰਦ ਕਰਾ ਦਿੱਤੀ, ਕਹਿੰਦੇ ਟੋਏ ਪੱਟ ਕੇ ਪਾਣੀ ਭਰਨ ਤੋਂ ਪਹਿਲੇ ਸਾਡੇ ਪਰਮਿਸ਼ਨ ਲਓ, ਤੁਸੀਂ ਆਪ ਕਰਨਾ ਨਹੀਂ ਅਤੇ ਦੂਜੇ ਨੂੰ ਕਰਨ ਦੇਣਾ ਨਹੀਂ, ਠੀਕ ਹੈ ਜੀ। ਇਹ ਤਾਂ ਚਲੋ ਦੇਖ ਹੀ ਰਿਹਾ ਪ੍ਰਸ਼ਾਸਨਿਕ ਸਿਸਟਮ ਦਾ ਆਪਾਂ ਹਾਲ ਵੀ, ਜਿਹੜੇ ਗ੍ਰੀਨ ਟੀਆਂ ਪੀਣ ਵਾਲੇ ਨੇ ਏਸੀ ਕਮਰੇ 'ਚ ਬੈਠਣ ਵਾਲੇ, ਉਹਨਾਂ ਨੂੰ ਸ਼ਾਇਦ ਇਹ ਦਰਦ ਨਾ ਜਾਗੇ। ਪਾਣੀ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਕਰਦੇ ਲੋਕ ਦੀਂਦੇ ਨੇ, ਪਰ ਬਹੁਤਾ ਅਸਰ ਨਾ ਸਾਡੇ ਤੇ ਹੁੰਦਾ ਤੇ ਨਾ ਹੀ ਅਸੀਂ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈਂਦੇ ਹਾਂ। ਸਾਨੂੰ ਆਇਆ ਵੀ ਪਾਣੀ ਕਿਹੜਾ ਮੁੱਕਣਾਗਾ, ਮੁੱਕੂਗਾ, ਸਾਡੀ ਉਮਰ 'ਚ ਤਾਂ ਮੁੱਕਦਾ ਨਹੀਂ ਹੈਗਾ, ਹਰੇਕ ਕੋਈ ਬੰਦਾ ਇਹ ਗੱਲ ਕਹਿ ਕੇ ਛੱਡ ਦਿੰਦਾ। ਪਰ ਪਰਚ ਡੈਮ ਨੂੰ ਲੈ ਕੇ ਜਿਹੜੇ ਵੀਡੀਓ ਵਾਇਰਲ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਭਾਵਕ ਕਰਦੇ ਨੇ। ਜਦੋਂ ਤੁਸੀਂ ਮਰੇ ਜਾਨਵਰ ਉਹਨਾਂ ਦੇ ਕੰਕਾਲ ਇੱਥੇ ਆ ਕੇ ਦੇਖਦੇ ਹੋ ਤਾਂ ਇੱਥੇ ਪਤਾ ਲੱਗਦਾ ਪਾਣੀ ਦਾ ਮੁੱਲ ਹੈ ਕੀ ਹੈ। ਬਾਹਰ ਭਾਵੇਂ ਤੁਸੀਂ ਕੁਛ ਮਰਜ਼ੀ ਦੇਖੀ ਜਾਓ, ਪਰ ਦੂਜੇ ਪਾਸੇ ਜਦੋਂ ਉਰੇ ਆ ਕੇ ਦੇਖੋਗੇ ਆਪਣੇ ਆਪ ਮਨ ਰੋਂਦਾ ਨਹੀਂਦਾ। ਪਰ ਸਭ ਤੋਂ ਮੋਟੀ ਜੇ ਕਹੀਏ ਚਮੜੀ ਉਸ ਪ੍ਰਸ਼ਾਸਨਿਕ ਸਿਸਟਮ ਦੀ, ਜਿਨ੍ਹਾਂ ਨੂੰ ਹਜੇ ਤੱਕ ਕੋਈ ਫਿਕਰ ਨਹੀਂ ਨਜ਼ਰ ਪੈਂਦੀ ਹੈਗੀ ਪਾਣੀ ਦਾ, ਟਿਪ ਭਰ ਵੀ ਉਰੇ ਲੈ ਕੇ ਨਹੀਂ ਪਹੁੰਚੇ। ਵਨੀਤ ਜੋਸ਼ੀ ਆਏ ਨੇ ਗੇ ਉਰੇ ਅੱਜ ਭਾਜਪਾ ਦੇ ਸੀਨੀਅਰ ਆਗੂ ਨੇ, ਇਹ ਗਲਾਸ ਦੀ ਕੀਮਤ ਉਰੇ ਪਤਾ ਲੱਗਦੀ ਜੋਸ਼ੀ ਜੀ, ਛੋਟੇ ਪਾਣੀ ਦੀ ਵੀ ਕੀ ਉਰੇ ਪਾਣੀ ਦਾ ਮੁੱਲ ਕੀ ਹੈਗਾ? ਸਾਨੂੰ 2 ਘੰਟੇ 2.5 ਘੰਟੇ ਬਾਅਦ ਪਿੰਡ ਵਾਲੇ ਲੋਕਾਂ ਨੇ ਪਾਣੀ ਪਿਆ ਹੈ ਅਤੇ ਇਸ ਵਰਦੀ ਗਰਮੀ 'ਚ ਸੁੱਕੀ ਜ਼ਮੀਨ 'ਚ ਜੇ ਇਸ ਪਾਣੀ ਦਾ ਮੁੱਲ ਹੈ ਤਾਂ ਅੱਜ ਸਮਝ ਆਉਂਦਾ। ਸੋ ਪਾਣੀ ਦਾ ਅਸੀਂ ਹੁਣ ਤੱਕ ਅਖਬਾਰਾਂ 'ਚ ਖਬਰਾਂ ਪੜ੍ਹਦੇ ਸੀਗੇ, ਹੁਣ ਤੱਕ TV 'ਤੇ ਪ੍ਰੋਗਰਾਮ ਦੇਖਦੇ ਸੀਗੇ, ਪਰ ਅੱਜ ਉਹਦਾ ਅਹਿਸਾਸ ਜਿਹੜਾ ਹੈਗਾ, ਜਿਹੜਾ ਮੈਂ ਕੰਮ ਵਾਸਤੇ ਆਇਆ ਸੀ, ਉਹਦਾ ਅਹਿਸਾਸ ਇਸ ਪਾਣੀ ਦੇ ਗਲਾਸ ਨੇ ਅੱਜ ਮੈਨੂੰ ਕਰਾਇਆ। ਹੁਣ ਆਪਾਂ ਇੱਕ ਪੀ ਕੇ ਆਪਾਂ ਕਹਿੰਦੇ ਵੀ ਯਾਰ ਥੋੜ੍ਹਾ ਜਿਹਾ ਹੋਰ ਪਾਈ। ਜਿਹੜੇ ਬੇਜਵਾਨ ਨੇ ਮੰਗ ਵੀ ਨਹੀਂ ਕਿਸੇ ਤੋਂ ਸਕਦਾ, ਉਹਦੇ ਵਾਸਤੇ ਪਾਣੀ ਦਾ ਸਰੋਤ ਬਿਲਕੁਲ ਸੁੱਕ ਗਿਆ। ਪਿੰਡਾਂ ਵਾਲੇ ਕਹਿੰਦੇ ਅਸੀਂ ਮਿਹਨਤ ਕਰ ਰਹੇ ਹਾਂ, ਸਾਨੂੰ ਵੀ ਰੋਕੀ ਜਾਂਦੇ ਨੇ। ਐਕਚੁਅਲ ਤੌਰ ਤੇ ਉਹਦੀ ਸਿਚੁਏਸ਼ਨ ਹੈ ਕੀ ਹੈ? ਨਾ ਪਾਣੀ ਦੇ ਹਾਲਾਤ ਇਸ ਵਾਰੀ ਵਿਗੜੇ ਨੇ ਜਾਂ ਇਦੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸੀ, ਕਿਸੇ ਦੇ ਧਿਆਨ 'ਚ ਨਹੀਂ ਆਉਂਦੇ ਸੀ? ਦੇਖੋ ਇਹ ਜਿਹੜੀ ਮਾਰ ਹੈ ਨਾ, ਇਹ ਮੌਸਮ ਦੀ ਮਾਰ ਥੋੜ੍ਹੀ ਬਹੁਤ ਹੈ, ਪਰ 95% ਪ੍ਰਸ਼ਾਸਨਿਕ ਮਾਰ ਹੈ, ਅਫਸਰਾਂ ਦੀ ਅਣਗਹਿਲੀ ਦੀ ਮਾਰ ਹੈ, ਸਰਕਾਰ ਦੀ ਅਣਗਹਿਲੀ ਦੀ ਮਾਰ ਹੈ। ਇਹ 2 ਸਾਲ ਦੇ ਅੰਦਰ 3ਵੀਂ ਵਾਰ ਇਹ ਸੌਖਾ ਪਿਆ ਹੈ, 2 ਸਾਲ 3ਵੀਂ ਵਾਰ ਸੌਖਾ ਪਿਆ, ਠੀਕ ਹੈ। ਅਤੇ ਇਹ ਸੌਖਾ ਕਿਉਂ ਪੈ ਰਿਹਾ, ਇਹ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਸੌਖਾ ਇਸ ਕਰਕੇ ਨਹੀਂ ਪੈ ਰਿਹਾ ਕਿ ਮੌਸਮ ਦੀ ਮਾਰ ਹੈ, ਇਸ ਕਰਕੇ ਪੈ ਰਿਹਾ ਕਿ ਜਦ ਪਿੱਛੋਂ ਬਰਸਾਤੀ ਪਾਣੀ ਆਉਂਦਾ ਹੈ ਉਹਦੇ ਜਿਹੜੀ ਮਿੱਟੀ ਜਾਂ ਜਿਹਨੂੰ ਗਾਦ ਕਹਿੰਦੇ, ਸਿਲਟ ਕਹਿੰਦੇ, ਉਹ ਆ ਜਾਂਦੀ ਹੈ, ਉਹ ਭਰ ਗਈ ਹੈ। ਇਹ ਗਾਦ ਇੱਥੇ ਕੋਈ 5 ਫੁੱਟ ਨਹੀਂ, ਜਿਹਨੀ ਤਰੇੜਾਂ ਦਿਖ ਰਹੀ ਹੈ, 50-50 ਫੁੱਟ 15 ਮੀਟਰ ਤੱਕ ਇਹ ਗਾਦ ਹੈ।
ਤੇ ਪਿੱਛੇ ਤੁਸੀਂ ਦੇਖਿਆ ਹੈ ਕਿ ਟਰੈਕਟਰ ਜਿੱਥੇ ਚੱਲਦੇ ਨੇ ਉੱਥੇ ਜੇ ਪੰਜਾ ਮਾਰੋ ਜੇ ਸੀ ਬੀ ਦਾ ਤੇ 10 ਕੁ ਫੁੱਟ ਬਾਅਦ ਸੇਮ ਕਰਕੇ ਪਾਣੀ ਆ ਜਾਂਦਾ ਤੇ ਜਿੱਥੇ 50 ਫੁੱਟ ਦੀ ਇੱਥੇ ਗਾਜ ਨਾ ਹੁੰਦੀ ਇੱਥੇ ਪਾਣੀ ਹੁੰਦਾ ਤੇ ਜਾਨਵਰ ਉੱਥੋਂ ਆ ਕੇ ਪਾਣੀ ਪੀਂਦੇ, ਕੋਈ ਮਰਦਾ ਨਾ। ਅੱਜ ਇੱਥੇ ਜਿਹੜੇ ਜਾਨਵਰ ਮਰ ਰਹੇ ਨੇ ਉਸ ਕਰਕੇ ਮਰ ਰਹੇ ਨੇ ਕਿਉਂਕਿ ਸਰਕਾਰ ਦੀ ਅਣਗਹਿਲੀ ਹੈ ਕਿ ਪਿਛਲੇ 25-30 ਸਾਲ ਤੋਂ ਇੱਕ ਵਾਰ ਵੀ ਗਾਦ ਨਹੀਂ ਕੱਢੀ। ਨਹੀਂ ਤਾਂ ਇਹਦਾ ਕੀ ਕਾਰਨ ਹੈ ਕਿ ਜਿਹੜਾ ਡੈਮ 50-60 ਫੁੱਟ ਡੂੰਘਾ ਸੀਗਾ ਅੱਜ ਸਿਰਫ ਦੇਖੋ ਤੇ ਮੇਰੇ ਸਾਹਮਣੇ 10 ਤੋਂ 15 ਫੁੱਟ ਵੀ ਨਹੀਂ ਰਹਿ ਗਿਆ ਜੇ ਤੁਸੀਂ ਡੈਮ ਵਾਲੇ ਪਾਸੇ ਦੇਖੋ। ਪਰ ਇਹਦੇ 'ਚ ਜੇ ਦੇਖੀਏ ਕੁਦਰਤ ਨੇ ਤਾਂ ਆਪਦਾ ਯਾਨੀ ਕਿ ਫਰਜ਼ ਨਿਭਾਇਆ ਹੋਇਆ, ਉਹਨੇ ਤਾਂ ਜਾਨਵਰਾਂ ਬੇਜਵਾਨਾਂ ਵਾਸਤੇ ਪਾਣੀ ਰੱਖਿਆ ਹੋਇਆ। ਪਰ ਗੱਲ ਹੈ ਵੀ ਉਹਦੇ ਉੱਤੇ ਜਿਹੜੀ ਮਿੱਟੀ ਪੈ ਗਈ ਸਾਡੀ ਪ੍ਰਸ਼ਾਸਨਿਕ ਅਣਗਹਿਲੀ ਕਰਕੇ, ਅਸੀਂ ਉਸ ਕੁਦਰਤ ਦਾ ਵੀ ਜਿਹੜਾ ਸੋਰਸ ਹੈ ਉਹਨੂੰ ਖਤਮ ਕਰ ਰਹੇ ਹਾਂ। ਬਿਲਕੁਲ ਠੀਕ ਕਹਿ ਰਹੇ ਹੋ, ਅਸੀਂ ਜਾਨਵਰਾਂ ਨਾਲ ਧੱਕਾ ਕਰ ਰਹੇ ਹਾਂ ਔਰ ਇੱਕ ਜਿਹੜਾ ਕੁਦਰਤ ਦਾ ਸੋਰਸ ਹੈ ਉਹਨੂੰ ਵੀ ਬੰਦ ਕਰ ਰਹੇ ਹਾਂ। ਲੇਕਿਨ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜਿਹੜੀ ਨਾ ਕਿਤੇ ਗੁੰਮ ਨਾ ਹੋ ਜਾਵੇ ਸਾਡੀ ਗੱਲਬਾਤ 'ਚ, ਕਿ ਇੱਥੇ 650 ਜਾਨਵਰ ਜਿਹੜਾ ਹੈ ਵੀ ਡੈਥ ਹੋਈ ਹੈ। ਇਹ ਪਿੰਡ ਦੇ ਲੋਕਾਂ ਦੇ ਆਂਕੜਾ ਦਿੱਤਾ। ਹਾਲੇ ਜਿਹੜਾ ਇਹ ਡੈਮ ਦੇ ਅੰਦਰ ਮੱਛਲੀ ਠੀਕ ਹੈ ਜਾਂ ਹੋਰ ਪਾਣੀ ਵਾਲੇ ਜਾਨਵਰ ਸੀ ਜਾਂ ਜਿਹੜੇ ਹੋਰ ਸੀਜ਼ਨਲ ਬਰਡਸ ਆਉਂਦੇ ਸੀ, ਮੈਂ ਹਾਲੇ ਉਹਦੀ ਗੱਲ ਨਹੀਂ ਕਰ ਰਿਹਾ, ਜੰਗਲ 'ਚ 12 ਸਿੰਘਾ ਵੀ ਹੈਗਾ ਇੱਥੇ, ਹੈ ਨਾ, ਜਾਂ ਇੱਥੇ ਨੀਲਗਾਏ ਵੀ ਹੈਗੀ ਹੈ ਜਾਂ ਹਿਰਨ ਵੀ ਹੈਗਾ ਜਾਂ ਸੂਰ ਹੋਰ ਜਾਨਵਰ ਜਿਹੜੇ ਇੱਥੇ ਆਉਂਦੇ ਸੀਗੇ ਉਹ ਇੱਥੇ ਫਸ ਜਾਂਦੇ ਸੀ, ਟੰਗਾਂ ਵਿੱਚ ਫਸ ਜਾਂਦੇ ਸੀ, ਟੰਗਾਂ ਫਸਣ ਕਰਕੇ ਟੰਗਾਂ ਟੁੱਟ ਜਾਂਦੀਆਂ ਸੀਗੀਆਂ ਦਰਾਰ 'ਚ ਪੈਣ ਕਰਕੇ, ਔਰ ਟੁੱਟਣ ਕਰਕੇ ਜਿਹੜਾ ਹੈਗਾ ਉਹ ਜੰਗਲੀ ਜਿਹੜੇ ਇੱਥੇ ਕੁੱਤੇ ਨੇ ਉਹ ਨੋਚ ਨੋਚ ਕੇ ਜਿੰਦਿਆਂ ਨੂੰ ਖਾ ਜਾਂਦੇ ਸੀਗੇ। ਸੋ ਉਹ ਨਾ 650 ਜਾਨਵਰਾਂ ਦੀ ਜਿਹੜੀ ਹੈ ਮੌਤ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਇਰੀਗੇਸ਼ਨ ਡਿਪਾਰਟਮੈਂਟ, ਵਾਈਲਡ ਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ, ਮਾਈਨਿੰਗ ਡਿਪਾਰਟਮੈਂਟ ਅਤੇ ਜੇ ਜ਼ਰੂਰਤ ਪਈ ਫੋਰੈਸਟ ਡਿਪਾਰਟਮੈਂਟ ਦੇ ਕੰਸਰਨਡ ਅਫਸਰਾਂ ਦੇ ਉੱਪਰ ਜਿਹੜਾ ਹੈਗਾ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਦੂਸਰਾ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰ ਵਿਜੀਲੈਂਸ ਦੀ ਰੇਡ ਹੋਣੀ ਚਾਹੀਦੀ ਹੈ ਔਰ ਪਿਛਲੇ 30-35-40 ਸਾਲਾਂ ਦਾ ਰਿਕਾਰਡ ਖੰਗਾਲਣਾ ਚਾਹੀਦਾ ਹੈ ਵੀ ਜਿੱਥੇ ਡੈਮ ਹੁੰਦਾ ਹੈ ਉੱਥੇ ਮਿੱਟੀ ਆਉਂਦੀ ਹੈ, ਜਿਹਨੂੰ ਗਾਦ ਕਹਿੰਦੇ ਆ ਪਾਣੀ ਦੇ ਨਾਲ, ਉਹਨੂੰ ਕੱਢਣ ਦਾ ਇੱਕ ਰੂਟੀਨ ਦਾ ਕੰਮ ਹੈ ਤੇ ਉਹ ਕੱਢੀ ਕਿ ਨਹੀਂ ਕੱਢੀ, ਟੈਂਡਰ ਲਾਏ ਨਹੀਂ ਲਾਏ, ਤੇ ਟੈਂਡਰ ਲਾਏ ਤੇ ਟੈਂਡਰ ਬਿਨਾਂ ਗਾਦ ਕੱਢੇ ਹੀ ਪੈਸੇ ਪੇਮੈਂਟ ਹੋ ਗਈ ਤੇ ਜਿਹੜੇ ਹੁਣ ਵੀ ਟੈਂਡਰ ਜੇ ਨਹੀਂ ਲਾਏ ਤੇ ਫਿਰ ਟੈਂਡਰ ਕਿਉਂ ਨਹੀਂ ਲਾਏ, ਉਹ ਪੁਰਾਣੇ ਅਫਸਰਾਂ ਤੇ ਵੀ ਐਕਸ਼ਨ ਹੋਣੇ ਚਾਹੀਦੇ ਨੇ। ਉਰੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕਿਸੇ ਵੀ ਤੁਸੀਂ ਵਾਈਲਡ ਲਾਈਫ ਨੂੰ ਜਿਹੜੇ ਉਰੇ ਐਨੀਮਲਸ ਨੇਗੇ ਜਾਨਵਰ ਨੇਗੇ ਉਹਨਾਂ ਨੂੰ ਜੇ ਕਿਸੇ ਨੂੰ ਨੁਕਸਾਨ ਪਹੁੰਚਾ ਦਿਓ ਤੁਹਾਡੇ ਤੇ ਇਹੋ ਜਿਹਾ ਠੋਕ ਕੇ ਪਰਚਾ ਹੁੰਦਾ ਵੀ ਤੁਹਾਡੀ ਜਾਨ ਛੁੱਟਣੀ ਔਖੀ ਹੋ ਜਾਂਦੀ ਹੈ। ਉਰੇ 650 ਜਾਨਵਰ ਮਰ ਗਿਆ, ਇਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਹੈਗੀ ਲੱਗਦਾ ਤਾਂ ਇਹੀ ਹੈ। ਹੋਰ ਤਾਂ ਹੋਰ ਦੇਖੋ ਇਹ ਜਿਹੜੇ ਟਰੈਕਟਰ ਨੇ ਜਾਂ ਪਿੰਡ ਦੇ ਲੋਕ ਖੜੇ ਨੇ ਨਾ ਇਹ ਆਪ ਸੇਵਾ ਕਰ ਰਹੇ ਨੇ, ਜਿਹਨਾਂ ਦਿਲ 'ਚ ਜਜ਼ਬਾ ਹੈ ਸੇਵਾ ਕਰਨ ਦਾ। ਕੱਲ੍ਹ ਤਾਂ ਇੱਥੇ ਘੱਟ ਤੋਂ ਘੱਟ 2-3 JCB ਔਰ 11-12 ਟੈਂਕਰ ਵੀ ਸੀਗੇ, ਇਕੱਲੇ ਪਰਚੇਸ ਯੂਕ ਤੋਂ ਨਹੀਂ ਆਏ, ਤਨਾਸ, ਮਣੀ ਮਾਜਰਾ, ਡੇਰਾ ਬਸੀ, ਲਾਲੂਰ ਤੋਂ ਵੀ ਜਿਹੜੇ ਰੀਲਾਂ ਦੇਖ ਰਿਹਾ ਸੀ ਉਹ ਇੱਥੇ ਸੇਵਾ ਭੇਜ ਰਿਹਾ ਸੀਗਾ। ਅੱਜ ਇਰੀਗੇਸ਼ਨ ਡਿਪਾਰਟਮੈਂਟ ਨੇ ਉਹ ਸੇਵਾ ਵੀ ਬੰਦ ਕਰਾਤੀ, ਕਹਿੰਦੇ ਟੋਏ ਪੱਟ ਕੇ ਪਾਣੀ ਭਰਨ ਤੋਂ ਪਹਿਲੇ ਸਾਡੇ ਪਰਮਿਸ਼ਨ ਲਓ, ਤੁਸੀਂ ਆਪ ਕਰਨਾ ਨਹੀਂ ਤੇ ਦੂਜੇ ਨੂੰ ਕਰਨ ਦੇਣਾ ਨਹੀਂ, ਠੀਕ ਹੈ ਜੀ। ਉਹਦਾ ਅਸਰ ਕੀ ਹੋਏਗਾ, ਅਸਰ ਇਹ ਹੋਏਗਾ ਕਿ ਇੱਥੇ ਜਿਹੜੇ ਵਾਈਲਡ ਲਾਈਫ ਹੈ ਨਾ ਉਹ ਹੋਰਾਂ ਦੀ ਮੌਤ ਹੋਏਗੀ, ਠੀਕ ਹੈ, ਔਰ ਉਹਦੀ ਮੌਤ ਦੀ ਜ਼ਿੰਮੇਵਾਰੀ ਫਿਰ ਦੁਆਰਾ ਉਹ ਫਿਕਸ ਕਰਨੀ ਪਏਗੀ। ਜੋਸ਼ੀ ਜੀ ਚਲੋ ਲਾਸਟ ਗੱਲ ਕਰੀਏ, ਇਹ ਤਾਂ ਚਲੋ ਦੇਖ ਹੀ ਲਿਆ ਪ੍ਰਸ਼ਾਸਨਿਕ ਸਿਸਟਮ ਦਾ ਤਾਂ ਆਪਾਂ ਹਾਲ ਵੀ, ਜਿਹੜੇ ਗ੍ਰੀਨ ਟੀਆਂ ਪੀਣ ਵਾਲੇ ਨੇ ਇਸੀ ਕਮਰੇ 'ਚ ਬੈਠਣ ਵਾਲੇ ਉਹਨਾਂ ਨੂੰ ਸ਼ਾਇਦ ਇਹ ਦਰਦ ਨਾ ਜਾਗੇ, ਪਰ ਹੁਣ ਜੇ ਕਹੀਏ ਸਿਆਸੀ ਤੌਰ ਤੇ ਕੀ ਐਕਸ਼ਨ ਰਹਿਣ ਵਾਲਾ ਹੈ, ਕਿਉਂਕਿ ਜਦੋਂ ਪ੍ਰਸ਼ਾਸਨ ਤਾਂ ਉਹਦੀ ਭੱਜੂਗਾ, ਉਹਨਾਂ ਨੇ ਉਹਨਾਂ ਟਾਈਮ ਤਾਂ ਜਿਵੇਂ ਤੁਸੀਂ ਕਿਹਾ ਵੀ ਆ ਕੇ ਜਿਹੜਾ ਹੁੰਦਾ ਕੰਮ ਸੀ ਉਹਨੂੰ ਵੀ ਕਹਿੰਦੇ ਰੋਕ ਦਿਓ, ਬੜੀ ਹਾਸੀ ਆਉਂਦੀ ਹੈ ਵੈਸੇ ਇਹੋ ਜਿਹੇ ਮਾਹੌਲ 'ਚ ਵੀ ਯਾਰ ਅਸੀਂ ਕਰਨਾ ਹੈ ਨਹੀਂ, ਕਰਨ ਦੇਣਾ ਵੀ ਨਹੀਂ, ਉਹ ਕੰਮ ਬਣਾਤਾ ਉਹਨਾਂ ਨੇ, ਹੁਣ ਅੱਗੇ ਦਾ ਸਿਆਸੀ ਤੌਰ ਤੇ ਕੀ ਐਕਸ਼ਨ ਹੈ, ਕੀ ਸਰਕਾਰ ਨੂੰ ਰਿਕੁਐਸਟ ਕਰੋਗੇ ਵੀ ਕੀ ਪਹਿਲਾਂ ਤਾਂ ਭਾਈ ਤੁਸੀਂ ਆਪਦੇ ਆਪ ਇਹ ਚੀਜ਼ਾਂ? ਨਹੀਂ ਦੇਖੋ ਜੀ, ਇਸੇ ਸਿੱਧਾ ਸਰਕਾਰ ਤੋਂ ਮੰਗ ਹੈ, ਮਾਨ ਸਾਹਿਬ ਤੋਂ ਮੰਗ ਹੈ ਕਿ ਅਫਸਰਾਂ ਦੇ ਉੱਪਰ ਪਰਚੇ ਦਰਜ ਕਰੋ, ਮਾਈਨਿੰਗ ਡਿਪਾਰਟਮੈਂਟ,
ਇਰੀਗੇਸ਼ਨ ਡਿਪਾਰਟਮੈਂਟ, ਵਾਈਲਡ ਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ ਔਰ ਫੋਰੈਸਟ ਡਿਪਾਰਟਮੈਂਟ, ਇਹਨਾਂ ਦੇ ਅਫਸਰਾਂ ਦੇ ਉੱਪਰ ਇੱਥੇ ਦੇ ਇਹਦਾ ਪਰਚਾ ਦਰਜ ਕਰੋ 650,000 ਮੌਤ ਦਾ, ਠੀਕ ਹੈ, ਇਸ ਦੀ ਮੰਗ ਹੈ। ਅਤੇ ਅਗਲੇ ਕੁਛ ਦਿਨਾਂ 'ਚ ਜੇ ਸਰਕਾਰ ਨਾ ਜਾਗੀ, ਜਿਹੜਾ ਲੱਗਦਾ ਨਹੀਂ ਜਾਗੇਗੀ, ਮਾਨ ਸਾਹਿਬ ਜਾਗਦੇ ਨਹੀਂ ਨਹੀਂ ਜਲਦੀ, ਜੇ ਸਰਕਾਰ ਨਾ ਜਾਗੀ ਤਾਂ ਇਹ ਗੱਲ ਪੱਕੀ ਹੈ ਕਿ ਅਸੀਂ ਆਪਣੇ ਵੱਲੋਂ ਇਸ ਇਲਾਕੇ ਦੀ, ਇਸ ਬੇਜਵਾਨ ਜਾਨਵਰ ਵਾਸਤੇ ਲੜਾਈ ਲੜਾਂਗੇ, ਸੰਘਰਸ਼ ਕਰਾਂਗੇ। ਜੇ ਦੇਖਿਆ ਜਾਵੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਆਖਰ ਜਦੋਂ ਇੱਕ ਜਾਨਵਰ ਨੂੰ ਲੈ ਕੇ ਵੀ ਗੱਲ ਹੁੰਦੀ ਆ ਤਾਂ ਵੱਡੇ ਤੌਰ ਤੇ ਪਰਚੇ ਠੋਕਣ ਭੱਜ ਲੈਂਦੇ ਨੇ ਪ੍ਰਸ਼ਾਸਨਿਕ ਤੰਤਰ ਵਾਲੇ, ਉਹ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਹੁਣ ਮਫਾਦ ਕਿਹੜੇ ਹੁੰਦੇ ਨੇਗੇ, ਵੈਸੇ ਚਿੰਤਾ ਹੁੰਦੀ ਆ ਉਹਨਾਂ ਨੂੰ ਉਸ ਸਮੇਂ ਦੇ ਦੌਰਾਨ। ਇਹਨਾਂ 650 ਮਰੇ ਜਿਹੜੇ, ਇਹ ਅੰਕੜਾ ਦੱਸ ਰਹੇ ਨੇ ਖੈਰ ਪਿੰਡ ਵਾਲੇ, ਪਰ ਐਕਚੁਅਲ ਦੇ ਵਿੱਚ ਅੰਕੜਾ ਦੇਖ ਕੇ ਇੱਕ ਤੋਂ ਲੈ ਕੇ 900 ਜਾਨਵਰ ਮਰਿਆ, ਉਹਦਾ ਸਿੱਧੇ ਤੌਰ ਤੇ ਪਰਚਾ ਜਿਹੜਾ ਉਹ ਉੱਥੋਂ ਦੇ ਜ਼ਿੰਮੇਵਾਰ ਅਫਸਰਾਂ ਤੇ ਹੋਣਾ ਚਾਹੀਦਾ। ਇਹ ਮੰਗ ਜੋਸ਼ੀ ਕਰ ਰਹੇ ਨੇ ਤੇ ਜ਼ਾਹਿਰ ਜੀ ਗੱਲ ਹੈ ਕਿ ਆਖਰਕਾਰ ਉਹਨਾਂ ਨੇ ਜਿਵੇਂ ਉਹਨਾਂ ਦੇ ਸਾਹ ਨਿਕਲੇ ਨੇਗੇ ਜਿਉਂਦਿਆਂ ਨੂੰ ਆਖਰ ਕੁੱਤੇ ਪੈ ਗਏ ਨੇ, ਉਦੋਂ ਬਾਅਦ ਦੇ ਵਿੱਚ ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ? ਸਾਰਿਆਂ ਦੇ ਉੱਤੇ ਜਦੋਂ ਤੱਕ ਪਰਚੇ ਦਰਜ ਨਹੀਂ ਹੁੰਦੇ ਲੱਗਦਾ ਨਹੀਂ, ਕਿਉਂਕਿ ਜੇ ਇਸ ਵਾਰ ਪਰਚੇ ਦਰਜ ਨਾ ਹੋਏ ਅਗਲੀ ਵਾਰੀ ਫਿਰ ਇਹਨਾਂ ਨੇ ਇਹੀ ਕੰਮ ਕਰਨਾ, ਫਿਰ ਲੋਕਾਂ ਨੂੰ ਅਪੀਲਾਂ ਹੋਣਗੀਆਂ, ਫਿਰ ਲੋਕ ਆ ਕੇ ਜੇ ਕਹੀਏ ਕਿ ਉਰੇ ਸੇਵਾ ਕਰਨਗੇ। ਪਰਚੇ ਦਰਜ ਹੋ ਕੇ ਸਖ਼ਤ ਸਜ਼ਾਵਾਂ ਦੇਣੀਆਂ ਲੋੜ ਹੈ ਤਾਂ ਕਿ ਆਉਂਦੇ ਕਈ ਸਾਲਾਂ ਤੱਕ ਯਾਦ ਹੋਵੇ ਵੀ ਫਲਾਣੇ ਅਫਸਰ ਤੇ ਪਰਚਾ ਹੋਇਆ ਸੀ ਤੇ ਉਹਦੇ ਆਖਰ ਪੈਨਸ਼ਨਾਂ ਤੱਕ ਵੀ ਘੜੀਸੀਆਂ ਗਈਆਂ ਸੀ। ਜਦੋਂ ਤੱਕ ਇਹ ਕੰਮ ਨਹੀਂ ਹੁੰਦਾ ਉਦੋਂ ਤੱਕ ਲੱਗਦਾ ਵੀ ਜ਼ਿੰਮੇਵਾਰੀ ਸ਼ਾਇਦ ਕੋਈ ਨਹੀਂ ਸਮਝੂਗਾ, ਪਰ ਉਰੇ ਦੇ ਲੋਕ ਨੇ ਜਿਹੜੇ ਉਹ ਜ਼ਰੂਰ ਹਾਲਾਤਾਂ ਨੂੰ ਸਾਂਭ ਰਹੇ ਨੇ ਇਹਨਾਂ ਬੇਜਵਾਨਾਂ ਦੀ ਸੇਵਾ ਦੇ ਲਈ। ਸੀਨੀਅਰ ਵੀਡੀਓ ਸਮਿੰਦਰ ਸਮੀਤ ਸਿੰਘ, ਰੋਜ਼ਾਨਾ ਸਪਸ਼ਨ ਟੀਵੀ, ਪਰਚ ਡੈਮ, ਮੋਹਾਲੀ।